ਆਫਰ ਮੈਂ ਕਾਰ ਲੈਣ ਪਿੱਛੋਂ ਬਰਾਦਰ ਤੋਂ ਤੁਹਾਨੂੰ ਕਹਿੰਦੀ ਸੀ ਨਾ ਤੁਸੀਂ ਕਾਰ ਲੈ ਮੇਰੀ ਵਾਈਫ ਨੇ ਬੀਵੀ ਨੇ ਉਹਨੂੰ ਕੀ ਕਿਹਾ ਆਣੇ ਜਨਾਬ ਉਹ ਖਾਮੋਸ਼ ਪਰ ਮੈਂ ਉਹਨੂੰ ਤਾਂ ਬੜਾ ਫਲ ਮਿਲੇਗਾ ਉਹਨਾਂ ਨੂੰ ਤਾਂ ਬੜਾ ਫਲ ਮਿਲੇਗਾ ਫਿਰ ਜਨਾਬ ਜੀ ਬਾਅਦ ਫਿਰ ਉਹਨਾਂ ਨੂੰ ਵਾਲਦਾ ਨਾਲ ਰਸੂਲ ਸਾਹਿਬ ਨੇ ਅੱਜ ਕਰਾਇਆ ਉਹਨਾਂ ਨੂੰ ਕਾਰ ਲੈ ਉਹਨੂੰ ਅੱਜ ਕਰਾਇਆ ਹਾਂਜੀ ਫਿਰ ਅੱਲਾਹ ਤਾਲਾ ਕਰਮ ਕੀਤਾ ਫਿਰ ਅਸਬਾਬ ਬਣੇ ਦਾਨੀਆਂ ਬੁਲਾਇਆ ਤਾਂ ਜਿਹੜਾ ਰਸੂਲ ਸਾਹਿਬ ਆਉਂਦੇ ਸਨ ਤਾਂ ਪ੍ਰੋਗਰਾਮ ਕਰਾਉਂਦੇ ਸਨ ਇਹ ਪੂਰੇ ਡਡਿਆਲ ਇਕੱਠਾ ਕਰਦੇ ਸਨ ਤਾਂ ਦੇਸੀ ਘਿਓ ਤਾਂ ਦੇਸੀ ਮੁਰਗੀਆਂ ਨਹੀਂ ਨਾਲ ਦਬਾ ਕਰਾਉਂਦੇ ਸਨ ਉਹ ਜਿਹੜੇ ਸਾਡੇ ਪੁਰਾਣੇ ਬੰਦੇ ਸਨ ਇਹ ਕੋਈ ਦੀਵਾਨਾ ਕੋਈ ਹੈ ਨਾ ਕੋਈ ਕੋਈ ਮੁਸਤਾਨਾ ਜਿਹਾ ਪਾਗਲ ਜਿਹਾ ਬੰਦਾ ਇਹ ਉਹ ਇਤਨੇ ਦੇਸੀ ਘਿਓ ਜੀ ਆਪਣੇ ਦਾਦੇ ਜਾਣਦਾ ਦਾਦਾ ਜੀ ਨਾਲ ਬੜੀ ਅੱਛੀ ਕਫੀਆਤ ਹੈ ਬਜ਼ੁਰਗ ਹੋਏ ਅੱਲਾਹ ਅੱਲਾਹ ਕਰਨੇ ਵਾਲੇ ਸਨ ਤਾਂ ਦਾਦਾ ਜਨ ਖਤਮ ਕਰਾਉਣਾ ਉਹ ਆਖਦਾ ਵੀ ਇਹ ਤਾਂ ਇਹ ਦੀਵਾਨਾ ਜੇ ਉਹ ਦੇਸੀ ਘਿਓ ਤਾਂ ਮੁਰਗੇ ਉਹ ਸਾਡੇ ਇੱਕ ਮਸਤਾਨਾ ਇੱਕ ਨਾਖਾਨ ਵੀ ਹੋਇਆ ਜੇਲਮ ਨਾਲ ਹਾਂਜੀ ਪਤਾ ਨਹੀਂ ਕੀ ਉਹ ਜਾਸੇ ਪਤਾ ਨਹੀਂ ਖੜਾਲੇ ਦਾ ਸੀਗਾ ਤਾਂ ਉਹ ਆਇਆ ਜਨਾਬ ਅਲੀ ਤਾਂ ਲਾਂਚ ਪਹਿਲਾਂ ਖੁੱਲ੍ਹਾ ਫਿਰ ਇਹਨੇ ਖਾਧਾ ਤਾਂ ਖੁੱਲ੍ਹਾ ਹਾਂਜੀ ਉਹ ਫਿਰ ਲਾਂਚ ਪੂਰੀ ਦੇ ਵਿੱਚ ਉਹ ਫਿਰ ਉਲਟੀਆਂ ਕਰ ਗਿਆ ਉਹ ਫਿਰ ਖਾ ਗਿਆ ਅਗਲਾ ਹਾਂਜੀ ਦੇਸੀ ਘਿਓ ਆਮ ਨੇ ਕਿਤੇ ਦੇਸੀ ਕੋ ਪਚਣਾ ਇਤਨਾ ਜਲਦੀ ਬਣਾ ਦੇਸੀ ਉਹ ਜਨਾਬ ਲਿਆਉਣੇ ਦੀਵਾਨੇ ਉਹ ਜਦੋਂ ਆਉਣੇ ਕਿ ਬਲਾਰਮ ਤਰ ਤਾਂ ਸਬਰ ਕਰਾ ਜਨਾਬ ਅਲੀ ਆਪ ਤਾਂ ਰਹਿੰਦੇ ਉਹ ਇਹ ਪੁਰਾਣੇ ਮੁਕਾਬਲ ਹੁੰਦੇ ਸੀ ਇਹ ਬਾਅਦ ਉਹਨੂੰ ਬਣਾਏ ਜਾਂਦੇ ਆਪ ਤਾਂ ਰਹਿੰਦੇ ਹਾਂਜੀ ਅਤੇ ਅੱਲਾਹ ਅੱਲਾਹ ਕਰਦੇ ਉਹਨਾਂ ਨੇ ਬਾਅਦ ਜਨਾਬ ਅਲੀ ਜਦ ਉਹ ਬੁੱਢੇ ਸਨ ਕਹਿੰਦੇ ਪਾਗਲ ਦੇ ਦੀਵਾਨਾ ਹੈ ਇਹ ਕੁਛ ਅਰਸਾ ਅੱਲਾਹ ਤਾਲਾ ਨੇ ਇਹ ਪਹਿਲੇ ਬੇਟੇ ਮਤਲਬ ਫਿਰ ਵੈਸਾ ਹੀ ਪੈਦਾ ਹੋਏ ਇਹ ਥੋੜ੍ਹੇ ਜਿਹੇ ਬੜੇ ਹੋਏ ਇਹ ਆਏ ਇੱਥੇ ਬੰਦੇ ਜਿਹੜੇ ਨਾ ਇਹ ਸਾਰੇ ਪਾਸੇ ਬਾਕੀ ਰਹਿੰਦੇ ਇੱਥੇ ਤਾਂ ਸ਼ਰਾਬ ਜੂਆ ਤਾਂ ਕਹਿੰਦੇ ਇੱਥੇ ਚੱਲਣਾ ਇਹ ਇਸ ਇਲਾਕੇ ਦੇ ਵਿੱਚ ਇਹ ਸਾਰੇ ਜਿਹੜੇ ਨਾ ਪਿਛਲੇ ਵਾਲੇ ਇੱਥੇ ਕਿਤੇ ਛਾਪੇ ਪੈ ਕੇ ਪਕੜੇ ਗਏ ਨੇ ਇਹ ਬੜਾ ਅਜੀਬ ਜਿਹਾ ਇਲਾਕਾ ਬਣ ਗਿਆ ਸੀ ਬਾਅਦ ਵਿੱਚ ਹਾਂਜੀ ਪਹਿਲੇ ਬੜੇ ਛੇ ਲੋਕ ਹੋਏ ਉਹਨਾਂ ਦੀ ਦੁਨੀਆਂ 'ਤੇ ਜਾਣ ਦੇ ਬਾਅਦ ਲੋਕ ਇੰਗਲੈਂਡ ਚਲੇ ਗਏ ਬਾਕੀ ਪਿੱਛੇ ਰਹਿਣੇ ਦਿੰਦਾ ਬਸ ਜੂਆ ਅਤੇ ਸ਼ਰਾਬ ਤਾਂ ਕਹਿ ਨਹੀਂ ਕਿਤੇ ਚੱਲਣਾ ਸੀ ਉਹ ਜਨਾਬ ਉਹਦੀ ਮਤਲਬ ਉਹ ਬੁੱਢੇ ਤੱਕ ਨਾ ਤੱਕਿਆ ਨੌਜਵਾਨ ਜਿਹਾ ਲਿਬਾਸ ਪਾਇਆ ਟੋਪੀ ਪਾਈ ਨਿੱਕੀ ਨਿੱਕੀ ਦੂਈ ਨਿੱਕੀ ਨਹੀਂ ਹੁੰਦੀ ਅਜੇ ਦਾੜੀ ਵੀ ਨਹੀਂ ਸਿਰ ਆਈ ਅਤੇ ਯਾਰ ਛੋਟੇ ਦਿੰਦਾ ਜੇ ਤੂੰ ਬੁੱਢਿਆਂ ਤੋਂ ਉੱਥੋਂ ਤਾਂ ਆਪਣਾ ਅੰਦਾਜ਼ ਹੋਣਾ ਗੱਲ ਕਰਨੇ ਨੂੰ ਉਹ ਮੁੜਿਆ ਤੂੰ ਕਿੰਨਾ ਪੁੱਤ ਰਹੇ ਹੋ ਜੀ ਦਾਸੀ ਮੋਹ ਬਣਾ ਇਹਨਾਂ ਜੇ ਦੱਸਿਆ ਨਾ ਦੱਸੋ ਯੂਸਾ ਦਾ ਨਾਂ ਲਿਆ ਅੱਛਾ 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 ਆਦਿਨ ਪੁੱਤਰਾ ਅਸਾਂ ਤੇਰੇ ਪਿਓ ਕੀ ਕਹਿ ਰਹੇ ਦੀਵਾਨਾ ਹੈ ਤਾਂ ਇਹ ਐਵੇਂ ਤਾਂ ਦਿਮਾਗ ਕੰਮ ਨਹੀਂ ਕਰਨਾ ਇਤਨਾ ਖਰਚ ਕਰਨਾ ਹੈ ਅਸਲ ਉਹ ਦੀਵਾਨਾ ਪਾਗਲ ਅਸੀਂ ਪਾਗਲ ਹੋਏ ਹਾਂ ਉਹ ਉਸਦੇ ਬੰਦਾ ਸੀ ਇਹ ਜਦ ਤੂੰ ਤਿਆਰ ਹੋਏ ਬਰਤਾਨੀਆ ਤੈਨੂੰ ਪਤਾ ਨਹੀਂ ਤਾਂ ਜਿਹਨੂੰ ਉੱਥੋਂ ਲੋਕਾਂ ਤਾਂ ਕੀ ਕਰਦੇ ਉਦੋਂ ਜਿਹੜੇ ਤੂੰ ਜੇਲ ਜੂਏ ਤਾਂ ਕਹਿ ਨਹੀਂ ਕਿਆ ਕਰਦੇ ਬੜਾ ਉਲਟ ਪੁੱਟ ਕਰ ਦਿੰਦੇ ਕਹਿੰਦੇ ਦਾਂਦ ਕੁੱਤੇ ਲੜਾਉਂਦੇ ਤਾਂ ਜਨਾਬ ਬੜਾ ਕੁੱਤਾ ਹੋਣਾ ਅਤੇ ਇੰਨਾ ਕੀ ਥੱਕਿਆ ਆਖਦੇ ਅਸੀਂ ਕਹਿੰਦੇ ਤੂੰ ਦੀਵਾਨਾ ਹੈ ਅਜੇ ਉਹਦਾ ਦਿਮਾਗ ਨਹੀਂ ਕੰਮ ਕਰਦਾ ਸਾਡਾ ਦਿਮਾਗ ਨਹੀਂ ਕੰਮ ਕਰਦਾ ਉਹਦਾ ਦਿਮਾਗ ਸਹੀ ਸੀ ਹੁਣ ਤੁਹਾਨੂੰ ਪਤਾ ਚੱਲਿਆ ਕਿਬਲਾ ਰਹਿਮਤੁੱਲਾ ਹੋਰ ਬੜੀ ਮਾਲੀ ਮਾਲ ਦਾ ਕਿਬਲਾ ਰਹਿਮਤੁੱਲਾ ਜਿਹੜੇ ਹੋਏ ਨਾ ਸਹੀ ਤਾਂ ਕਿਬਲਾ ਰਹਿਮਤੁੱਲਾ ਸੂਈ ਸਾਹਿਬ ਫਰਮਾਇਆ ਸੂਈ ਸਾਹਿਬ ਤੁਹਾਡੀ ਸਾਰੀ ਮਾਲੀ ਖਿਦਮਤ ਇੱਕ ਪਾਸੇ ਅਸਾਂ ਜੇ ਤੁਹਾਡੇ ਵੱਲ ਬੱਚਾ ਤਿਆਰ ਕੀਤਾ ਇੱਕ ਸਾ ਪਾਸੇ ਯਾਨੀ ਕਿ ਔਲਾਦ ਨੂੰ ਤਿਆਰ ਕਰਨਾ ਹਾਂਜੀ ਇਹਨਾਂ ਦੇ ਖਾਨਦਾਨ ਦੇ ਦਾਦਾ ਜਿਹੜੇ ਨਾ ਉਹ ਗੁਲਾਰ ਸ਼ਰੀਫ ਚਾਚਿਆਂ ਬਦਲ ਬੜੇ ਜਿਹੜੇ ਮੰਦਰ ਦਾ ਕੋਠੀ ਉੱਥੇ ਮਿਲਣਾ ਸਾਰੇ ਮੈਜੋਰਿਟੀ ਅਤੇ ਇਹਨਾਂ ਨੇ ਦਾਦਾ ਜਾਨ ਨੂੰ ਉੱਥੇ ਮਿਲਣਾ ਇੱਥੇ ਜਿਹੜੇ ਪਿੱਛੇ ਜਿਹੜੇ ਸਨ ਬੰਦੇ ਜਾਂ ਉੱਥੇ ਦੇ ਲੋਕ ਜਿਹੜੇ ਸਨ ਕਈ ਉਹਨਾਂ ਕਿਹਾ ਜੀ ਜਿਹੜਾ ਇਹਨਾਂ ਨੇ ਦਾਦੇ ਵੀ ਮੁਕਾਮ ਹਾਸਲ ਕੀਤਾ ਇਹਨੇ ਇਹ ਨਹੀਂ ਕਰ ਸਕਦੇ ਕਿਉਂ ਇਕੱਲੇ ਬੰਦੇ ਨੇ ਇਸ ਕਿਬਲਾ ਰਹਿਮਤੁੱਲਾ ਹੋਇਆ ਪੂਰੇ ਇਲਾਕੇ ਦੇ ਵਿੱਚ ਸਾਰੇ ਉੱਧਰੇ ਇਹਨਾਂ ਨੇ ਜਿਹੜੇ ਮਤਲਬ ਹੈ ਕਿ ਉਹ ਦਾਦਾ ਜਾਨ ਜੀ ਤਾਂ ਇਹਨਾਂ ਨੇ ਸਾਈਂ ਸਾਹਿਬ ਹੋਏ ਬਜ਼ੁਰਗ ਕੋਲ ਉਹ ਵੀ ਕਾਫੀ ਅੱਲਾ ਰੱਖਣ ਗਏ ਉਹਨਾਂ ਨੂੰ ਉਹਨਾਂ ਨੇ ਦਾਦਾ ਜਾਨ ਉਹ ਵੀ ਅਜ਼ੀਜ਼ ਸਨ ਇਹਨਾਂ ਦੇ ਕੱਲ ਕੁੱਪੀ ਨੇ ਬੇਟੇ ਰਸੂਲ ਸਾਹਿਬ ਨੂੰ ਲੱਗਦੇ ਕੋਈ ਰਿਸ਼ਤਾ ਉਹ ਖਾਬ ਦੇ ਵਿੱਚ ਨਾ ਉਹ ਜਨਾਬ ਅਲੀ ਨਾ ਉਹਨਾਂ ਕੀ ਉਹ ਇਹਨਾਂ ਦੇ ਦਾਦਾ ਜਾਨ ਮਿਲੇ ਉਹ ਨੇ ਜੋ ਫੈਜ਼ ਸਾਨੂੰ ਮੋਹਤਰਮ ਸੂਫੀ ਯੂਸਫ ਸਾਹਿਬ ਦੇ ਬਜ਼ੁਰਗਾਂ ਕੋਲ ਤੁਹਾਨੂੰ ਮਿਲਿਆ ਨਾ ਉਹ ਸਾਨੂੰ ਕਿਧਰ ਨਹੀਂ ਮਿਲਦਾ ਸਾਰੇ ਨੇ ਸਾਰੇ ਪੈ ਮੁਸ਼ਰ ਇਹ ਹੈ ਵਫਾ ਕਰੋ ਜਿਹਨਾਂ ਵਫਾ ਕੀਤੀ ਹੈ ਫਿਰ ਜਨਾਬ ਉਹਨਾਂ ਨੂੰ
ਅੱਲਾਹ ਤਾਲਾ ਰੰਗ ਲਾਏ ਔਰ ਪੂਰੀ ਜ਼ਿੰਦਗੀ ਮਾਮੂਰ ਰਿਹਾ ਜੀ। ਇਹਨਾਂ ਦੇ ਰਿਸ਼ਤੇ ਨਾਤੇ ਵੀ ਕਿਬਲਾ ਆਲਮ ਨੇ ਤੈਅ ਕੀਤੇ ਇਹਨਾਂ ਦੇ ਬੱਚੀਆਂ ਬੱਚੀਆਂ ਉਹਨਾਂ ਨੇ ਜ਼ਿੰਦਗੀ ਐਤੂੰ ਛੀ ਚੁੱਕ ਐਤਿਆ ਨਹੀਂ ਕੀਤੀ ਬਗੈਰ ਕਿਬਲਾ ਆਲਮ ਦੇ ਮਸਜਿਦ ਦੀ। ਉਹ ਕਹਿੰਦੇ ਕੋਈ ਕੋਈ ਕਰੀ ਉੜੀ ਹੈ ਨਾ ਉਹ ਫਿਰ ਮੁਸ਼ਕਿਲ ਬਾਤ ਆ ਗਈ। ਅਗਰ ਕੋਈ ਚੀਜ਼ ਕੀਤੀ ਆਪਣੀ ਮਰਜ਼ੀ ਕੋਈ ਥੋੜ੍ਹੀ ਮੁਸ਼ਕਿਲ ਐਤੀ ਮਾਮਲਾਤ ਹੋਣੇ ਤੋ ਜਨਾਬ ਉਹਨਾਂ ਵਾਸਤੇ ਰੁਕਾਵਟ ਬਣ ਗਈ ਫਿਰ ਇੱਦਾਂ ਫੋਨ ਕੀਤਾ ਜੀ। ਹਾਂਜੀ ਔਰ ਉਹਨਾਂ ਨੇ ਆਪਣਾ ਮਾਮੂਲ ਮਹੀਨੇ ਦੇ ਇੱਕ ਤਨਖਾਹ ਹੋਣੀ ਸੀ ਮਹੀਨੇ 'ਚ ਉਹ ਕਿਬਲਾ ਆਲਮ ਨੂੰ ਬਾਕੇ ਪੇਸ਼ ਕਰ ਸਕਦੇ। ਉਹਨਾਂ ਨੇ ਖਿਦਮਤ ਨਾਲ ਆਪਣਾ ਜਿਹੜਾ ਸੀ ਨਾ ਅੰਦਾਜ਼ ਡਿਫਰੈਂਟ ਸੀ। ਉਸ ਵਕਤ ਮਾਲੀ ਮਦਦ ਕੀਤੀ ਹੈ ਜੀ ਤਾਂ ਜਿਸ ਵਕਤ ਬਿਲਕੁਲ ਗੁਰਬਤ ਹੋ ਗਈ ਸਿਲਸਿਲੇ ਨੂੰ ਤਕਵੀਰ ਦੇਣ ਵਾਸਤੇ ਹਾਂਜੀ ਆਪਦੇ ਬਾਲ ਲਗਾ ਦਿੱਤੇ। ਤੋ ਯਾਨੀ ਕਿ ਅੱਜ ਅੱਲਾਹ ਤਾਲਾ ਨੇ ਯਾਨੀ ਇੱਥੇ ਬੜੇ ਬੜੇ ਮੁਕਾਮ ਬਣੇ ਬੜਾ ਕੁਝ ਹੋਇਆ। ਇਹ ਸੁਰੀ ਸਾਹਿਬ ਤਾਂ ਬਰਤਾਨੀਆ ਦੇ ਉੱਤੇ ਇੱਥੇ ਆਏ ਵੀ ਨਹੀਂ ਤਾਂ ਇੱਥੇ ਮੁਕਾਮ ਪਿੱਛੇ ਤਿਆਰ ਹੋਇਆ। ਇਹਨਾਂ ਨੇ ਮਸਾਲ ਥੋੜ੍ਹੇ ਪੈਸੇ ਲੱਗੇ ਤਾਂ ਬਿਹਤਰੀਨ ਬਣਿਆ ਤਾਂ ਜਿਹਨਾਂ ਨੇ ਡਬਲ ਡਬਲ ਫੈਮਲੀ ਨੇ ਲਾਏ ਨਾ ਡਬਲ ਉਹ ਉਸ ਤਰ੍ਹਾਂ ਦੀ ਬਣ ਸਕੀ। ਤੋ ਮੈਨੂੰ ਦੱਸਣ ਨਹੀਂ ਕਿਹਾ ਸੁਰੀ ਸਾਹਿਬ ਤੁਸੀਂ ਇਹ ਕਿਉਂਕਿ ਬਲਾਲਮ ਦੇ ਸਾਲ ਬਾਅਦ ਬਣਿਆ ਹੈ ਤਾਂ ਉਹ ਆਪ ਉਹ ਸਾਹਿਬ ਦਾ ਇੰਨਾ ਪ੍ਰੋਗਰਾਮ ਵੀ ਕੋਈ ਨਹੀਂ ਸੀ। ਤਾਂ ਮੈਂ ਉਹਨੂੰ ਕਿਹਾ ਇੱਥੇ ਬੈਠੇ ਸਨ ਪੁਰਾਣੇ ਮੁਕਾਮ ਦੇ ਮੈਂ ਕਿਹਾ ਸੁਰੀ ਸਾਹਿਬ ਕੋਈ ਸਹੀ ਜਗ੍ਹਾ ਬਣਾਓ ਇੱਥੇ ਬੱਚੇ ਵੀ ਆ ਗਿਆ ਕਰੋ ਅੱਲਾਹ ਨਾ ਕਰਿਆ ਕਰਨ ਮਤਲਬ ਇੱਥੇ ਆਦੇ ਪਹਿਲੇ ਦਾ ਇਰਾਦਾ ਪੂਰੀ ਸੀ ਹੁਣ ਤੁਸਾਂ ਕਿਹਾ ਫਿਰ ਬਣਿਆ ਫਿਰ ਇਹਨਾਂ ਜੇ ਤੱਕਿਆ ਨਾ ਇਹਨੇ ਬੜਾ ਪਸੰਦ ਕੀਤਾ ਨਾ ਉਹਨਾਂ ਸੂਰ ਸਾਹਿਬ ਬੜੇ ਖੁਸ਼ ਹੋਏ। ਇੱਕ ਦੋ ਤਿੰਨ ਦੁਆ ਲਫਜ਼ ਕੀ ਨਾ ਜਨਾਬ ਇਸ ਚੀਜ਼ ਨੂੰ ਖੁਸ਼ੀ ਹੈ ਕਿ ਅਵੈਸ ਸਾਹਿਬ ਨੂੰ ਪਸੰਦ ਆਇਆ ਅਵੈਸ ਸਾਹਿਬ ਨੇ ਪਸੰਦ ਕੀਤਾ ਰਹਿਣਾ ਇੱਕ ਬੱਚੇ ਹੀ ਹੋਣਾ ਤਾਂ ਉਹ ਮਤਲਬ ਹੈ ਕਿ ਮੈਂ ਕਿਹਾ ਤੁਸਾਂ ਸੂਰ ਸਾਹਿਬ ਨੂੰ ਕਿਹਾ ਮੈਂ ਤੁਸਾਂ ਮਾਲ ਜਾਨ ਰਹੀ ਹੈ ਆਪਣੇ ਮੁਰਸ਼ਦ ਦੇ ਬਾਲ ਕੇ ਕੁਰਬਾਨ ਕੀਤੀ ਹੈ ਤਾਂ ਫਿਰ ਤੁਸਾਂ ਨੇ ਫਿਰ ਪਿੱਛੇ ਦੇਣੇ ਵੀ ਦਿੱਤੇ ਜਾਂਦਾ ਮੈਨੂੰ ਬੜੇ ਜਿਹੜੇ ਹਜ਼ੂਰ ਜ਼ਮੀਂਦਾਰ ਬਾਸਮਤੁੱਲਾ ਖਾਇਫ ਨੂੰ ਆਬੂਦੀਨ ਅਮਤੁੱਲਾ ਆਪ ਫੌਜ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਇਹ ਫਿਰ ਬਾਅਦ